नमस्कार, आप देख रहे हैं SMZ न्यूज़ और मैं आपके साथ गगन शर्मा। हम इस वक्त मौजूद हैं रोहित सैनी जी के ऑफिस में। एक मुद्दा जो हाल ही में योगराज सिंह जी द्वारा बात की गई है, टिप्पणी जो हिंदू धर्म के ऊपर, उस विषय में बातचीत करेंगे। हमारे साथ मौजूद हैं रोहित सैनी जी। सर नमस्कार जी। नमस्कार जी, जय श्री। सर, जो योगराज सिंह जी द्वारा हिंदू धर्म पे हाल ही में एक टिप्पणी की गई है, इसको आप अपने कैसे देखते हैं? देखना की ये जी बड़ी मंदभागी गल है। योगराज जी या उहदे वर्गे कुछ सिंगर जिहड़े अजकल ट्रेंड बन गया है हिंदू धर्म नूं गालां कढ़न दा, उहदे विच ही योगराज ने भी अपने विचार रखे सीगे भी हिंदू धर्म दीआं जिहड़ियां साडीआं जिहड़ियां बहु बेटियां उहनां दे उत्ते टिप्पणी कीती उहने भी गजनी दे बाजारे टके टके दे विकदीआं सी। तां मेरा योगराज वर्गे या उहदे वर्गे जिहड़े चंद इंसान ने उहनां ने इक्को ही जवाब है भी जिहड़ी चीज़ उधारे च मिली हुंदी है ना, उहदे उत्ते ज़्यादा मान नहीं करीदा हुंदा। ਤੁਸੀਂ ਪਹਿਲਾਂ ਆਪਣਾ ਇਤਿਹਾਸ ਪੜ੍ਹੋ ਵੀ ਇਤਿਹਾਸ ਕੀ ਹੈ, ਤੁਸੀਂ ਕਿਹੜੇ ਇਤਿਹਾਸ ਤੋਂ ਆਏ ਹੋ ਤੇ ਤੁਸੀਂ ਕਿਹਦੇ ਉੱਤੇ ਟਿੱਪਣੀ ਕਰ ਰਹੇ ਹੋ, ਠੀਕ ਹੈ ਨਾ। ਹਿੰਦੂ ਧਰਮ ਦੇ ਜੀ ਯੋਧਿਆਂ ਦੀ ਕਮੀ ਨਹੀਂ ਰਹੀ ਤੇ ਯੋਗਰਾਜ ਵਰਗਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਤੁਹਾਡੀ ਸਾਨੂੰ ਲੋੜ ਨਹੀਂ ਹੈ ਵੀ ਸਾਡੀ ਬਹੂ ਬੇਟੀਆਂ ਦੀ ਇੱਜ਼ਤ ਨੂੰ ਤੁਸੀਂ ਬਚਾਓਗੇ ਤੇ ਆਪਣੀ ਬਹੂ ਬੇਟੀਆਂ ਸਾਰੇ ਦੀ ਸਾਂਝੀਆਂ, ਅਸੀਂ ਕਿਸੇ ਦੀ ਬਹੂ ਬੇਟੀ 'ਤੇ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ। ਔਰ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਵੀ ਇੱਦਾਂ ਦੇ ਖੋਤੀ ਇਨਸਾਨਾਂ ਦੇ ਉੱਤੇ ਨੱਥ ਪਾਈ ਜਾਵੇ ਵੀ ਇਹ ਨਾ ਹੋਵੇ ਵੀ ਜਦੋਂ ਅਸੀਂ ਆਪਣੇ ਹਿਸਾਬ ਨਾਲ ਤਰੀਕੇ ਨਾਲ ਕੰਮ ਕਰਨ ਲੱਗ ਜਾਈਏ ਫਿਰ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ, ਫਿਰ ਅਸੀਂ ਮਾੜੇ ਹੋਣਾ ਵੀ ਜਦੋਂ ਅਸੀਂ ਇਹਨਾਂ ਨੂੰ ਜੁੱਤੀਆਂ ਮਾਰੀਆਂ ਘੇਰ ਕੇ। ਤੇ ਇਹੀ ਵਿਚਾਰ ਅਸੀਂ ਰੱਖਣਾ ਚਾਹੁੰਦੇ ਵੀ ਇੱਦਾਂ ਦੇ ਬੰਦਿਆਂ ਦੀ ਜ਼ੁਬਾਨ ਜਿਹੜੀ ਉਹ ਬੰਦ ਕਰਨੀ ਚਾਹੀਦੀ ਸਰਕਾਰ ਨੂੰ ਵੀ। ਫਿਲਹਾਲ ਇਹਦਾ ਕੀ ਫਾਇਦਾ ਹੁੰਦਾ ਵੀ ਅੱਜ ਆਪਾਂ ਬੋਲ ਲਿਆ ਅਗਲੇ ਦਿਨ ਆਪਾਂ ਮਾਫੀਆ ਮੰਗਣ ਲੱਗ ਪਏ ਵੀ ਸਾਡੇ ਕੋਲ ਗਲਤੀ ਹੋ ਗਈ, ਠੀਕ ਹੈ ਨਾ। ਕੰਮ ਓਨਾ ਹੀ ਕਰੋ ਜਿੰਨਾ ਕੋ ਆਪਾਂ ਕਰ ਸਕਦੇ ਹਾਂ, ਜਿੰਨਾ ਕੋ ਆਪਣਾ ਵਜੂਦ ਕਹਿੰਦਾ, ਠੀਕ ਹੈ ਨਾ। ਇੱਕ ਹਿੰਦੂ ਧਰਮ ਦੀ ਕੁੜੀ ਦੇ ਨਾਲ ਤੂੰ ਵਿਆਹ ਕਰਾਇਆ ਯੋਗਰਾਜ, ਤੈਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਦੂਜੀ ਗੱਲ, ਤੇਰੀ ਤੂੰ ਆਪਣੀ ਉਮਰ ਦੇ ਲਿਹਾਜ਼ ਦੇ ਹਿਸਾਬ ਨਾਲ ਗੱਲ ਕਰ, ਦੇਖੋ ਤਾਂ ਚਪੇੜਾਂ ਵੀ ਨਹੀਂ ਝੱਲੀਆਂ ਜਾਣੀਆਂ ਜੇ ਅਸੀਂ ਮਾਰਨੀਆਂ ਸ਼ੁਰੂ ਕਰਦੀਆਂ। ਸੋ ਬੇਵਕੂਫ ਲੋਕ ਨੇ ਕੁਛ ਜਿਹੜੇ ਆ 10-10 ਰੁਪਏ ਇਕੱਠੇ ਕਰਦੇ ਸਿੰਗਰ, ਜਿਹਨਾਂ ਮਤਲਬ ਜਿਹੜੇ ਪੈਸੇ ਅਸੀਂ ਲੁਟਾਉਂਦੇ ਹਾਂ ਉਹਦੇ ਨਾਲ ਆਪਣਾ ਘਰ ਚਲਾਉਂਦੇ, ਤੇ ਇਹ ਹੁਣ ਸਮਾਜ ਦੇ ਮਾਰਗ ਦਰਸ਼ਕ ਨਹੀਂ ਬਣ ਸਕਦੇ ਵੀ ਸਮਾਜ ਔਰ ਧਰਮ ਨੇ ਕਿੱਦਾਂ ਚੱਲਣਾ। ਜਿਹਦਾ ਦਿਲ ਕਰਦਾ ਮੂੰਹ ਚੱਕ ਕੇ ਕਹਿ ਦਿੰਦਾ ਵੀ ਕਰਵਾ ਚੌਥ ਕਿਉਂ ਰੱਖਿਆ ਜਾਂਦਾ, ਜਿਹਦਾ ਦਿਲ ਕਰਦਾ ਮੂੰਹ ਚੱਕ ਕੇ ਕਹਿੰਦਾ ਕੰਜਕਾਂ ਕਿਉਂ ਰੱਖੀ ਜਾਂਦੀ ਹੈ, ਕੋਈ ਕਹਿੰਦਾ ਭਗਵਾਨ ਇੱਦਾਂ ਨੇ, ਕੋਈ ਕਹਿੰਦਾ ਭਗਵਾਨ। ਤੁਹਾਡੇ ਕੋਲ ਕੀ ਰਾਈਟ ਹੈ? ਤੁਹਾਡੇ ਕੋਲ ਆਪਣਾ ਤੁਹਾਡਾ ਘਰ, ਲੋਕਾਂ ਦੇ ਪੈਸੇ ਲੁੱਟੇ ਹੋਏ ਪੈਸਿਆਂ ਨਾਲ ਚੱਲਦਾ ਹੈ, ਤੁਸੀਂ ਸਾਨੂੰ ਦੱਸੋਗੇ ਸਾਡੇ ਧਰਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ। ਸੋ ਇੱਕ ਚੇਤਾਵਨੀ ਵੀ ਇੱਦਾਂ ਦੇ ਲੋਕਾਂ ਨੂੰ, ਔਰ ਬੇਨਤੀ ਸਮਝ ਲੈਣ, ਚੇਤਾਵਨੀ ਸਮਝ ਲੈਣ ਵੀ ਆਪਣੀ ਔਕਾਤ ਦੇ ਹਿਸਾਬ ਨਾਲ ਰਹਿ ਕੇ ਕੰਮ ਕਰੋ, ਆਪਣੇ ਧਰਮ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ, ਸਾਸੀ ਤੁਹਾਡੇ ਧਰਮ ਦੇ ਵਿੱਚ ਟਿੱਪਣੀਆਂ ਨਹੀਂ ਕਰਦੇ। ਪਰ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈ ਵੀ ਹਿੰਦੂ ਸਮਾਜ ਸਨਾਤਨ ਧਰਮ ਲਈ ਜਾਂ ਹਿੰਦੂ ਧਰਮ ਲਈ ਤੁਸੀਂ ਕੋਈ ਵੀ ਅਲਫਾਜ਼ ਬੋਲੋ। ਜੇ ਬੋਲੋਗੇ ਤਾਂ ਫਿਰ ਜੁੱਤੀਆਂ ਲਈ ਤਿਆਰ ਹੋ, ਅਸੀਂ ਤਾਂ ਤਿਆਰ ਹੀ ਬੈਠੇ ਹਾਂ। ਕੋਈ ਹਿੰਦੂ ਧਰਮ ਇਹ ਨਹੀਂ ਹੈ ਵੀ ਅਸੀਂ ਸ਼ਾਂਤੀ ਪ੍ਰਿਯ ਸਮੁਦਾਇ 'ਚ ਆਉਂਦੇ ਹਾਂ ਵੀ ਹਿੰਦੂ ਧਰਮ ਜਿਹੜਾ ਉਹ ਸ਼ਾਂਤ ਰਹਿਣਾ ਪਸੰਦ ਕਰਦਾ, ਲੇਕਿਨ ਜੇ ਇਹ ਸੋਚਣ ਵੀ ਸਾਨੂੰ ਜਵਾਬ ਨਹੀਂ ਦੇਣਾ ਆਉਂਦਾ, ਸਾਨੂੰ ਚਪੜਾਂ ਨਾਲ ਵੀ ਆਉਂਦਾ, ਸਾਨੂੰ ਗੱਲਾਂ ਨਾਲ ਵੀ ਆਉਂਦਾ, ਫਿਰ ਜਦੋਂ ਅਸੀਂ ਗੱਲਾਂ ਕਰਨੀਆਂ ਫਿਰ ਇਹਨਾਂ ਨੂੰ ਚੁਬਣੀਆਂ। आपने देखा कि हमने बातचीत की है रोहित सैनी जी से, उन्होंने सख्त निंदा किया योगराज सिंह जी की टिप्पणी पर। लुधियाना से SMZ न्यूज़ सहयोगी अभिषेक के साथ मैं गगन शर्मा।